ਜੇ ਬਾਹਰ ਰੰਗ ਕਾਲਾ ਕਰਾਂਗੇ ਫਿਰ ਤਾਂ ਸਰੀਰ ਲੈਵਲ ਦੀ ਗੱਲ ਚਲੀ ਗਈ। ਸਰੀਰ ਲੈਵਲ ਦੀ ਗੱਲ ਨਹੀਂ, ਗੁਰਮਤਿ ਜਦ ਗੱਲ ਕਰੂਗੀ ਮਨ ਦੇ ਲੈਵਲ ਦੀ ਗੱਲ ਕਰੂਗੀ, ਆਤਮਾ ਦੇ ਲੈਵਲ ਦੀ ਗੱਲ। ਆਤਮਾ ਕਾਲੀ ਹੈ ਉਹਨਾਂ ਦੀ, ਦੈਂਤ ਨਹੀਂ ਕਾਲੇ ਹੁਣ। ਦੈਂਤ ਇਹੋ ਜਿਹੇ ਹੁੰਦੇ ਨੇ ਜਿਹੋ ਜਿਹੇ ਆਦਮੀ ਹੁੰਦੇ ਨੇ ਦੂਏ, ਉਹ ਨਾ ਮੰਨਣ ਔਰ ਮੰਨਣ ਦੀ ਗੱਲ ਹੈ ਨਾ। ਰਾਖ ਕਾਲੇ ਨਹੀਂ ਹੁੰਦੇ, ਗੱਲ ਗਲਤ ਹੈ। ਉਹਨਾਂ ਦੇ ਮਨ ਕਾਲੇ ਹੁੰਦੇ ਨੇ, ਮਨ ਤਾਂ ਦੇਵਤਿਆਂ ਦੇ ਉਦੋਂ ਵੀ ਕਾਲੇ ਨੇ। ਗੁਰਮਤ ਵਿੱਚ ਦੋ ਹੀ ਕਾਲੇ ਨੇ, ਇੱਕੋ ਹੀ ਨੇ ਸਾਰੇ। ਨਾਮ ਦੇ ਬਿਨਾਂ ਸਾਰੇ ਨਕਟੇ ਨੇ, ਸਿੱਧੀ ਉਹ ਗੱਲ ਹੈ। ਵਿੱਚੇ ਰਾਕਸ਼ ਆ ਗਏ, ਵਿੱਚੇ ਦੇਵਤੇ ਆ ਗਏ। ਨਾਮ ਬਿਨਾਂ ਜੱਗ ਕਮਲਾ ਫਿਰੇ, ਮੂਰਖ ਨਜ਼ਰ ਹੀ ਆਇਆ। ਜੱਗ 'ਚ ਦੋਏ ਆ ਗਏ, ਦੇਵਤੇ ਵੀ ਆ ਗਏ, ਰਾਕਸ਼ ਵੀ ਆ ਗਏ। ਨਾਮ ਬਿਨਾਂ ਜੱਗ ਕਮਲਾ ਫਿਰੇ, ਗੁਰਮੁਖੀ ਨਜ਼ਰ ਹੀ ਆਇਆ। ਗੁਰਮੁਖ ਨੂੰ ਦਿਖਿਆ ਤਾਂ ਸਾਰੇ ਕਮਲੇ ਹੋਏ ਫਿਰਦੇ ਨੇ, ਦੇਵਤੇ ਵੀ ਕਮਲੇ ਹੀ ਨੇ। ਉਹ ਆਪਣਾ ਕਮਲਪਣਾ ਜ਼ਾਹਰ ਨਹੀਂ ਕਰਦੇ, ਉਹ ਕਹਿੰਦੇ ਨਹੀਂ ਨਹੀਂ ਪਰਮਾਤਮਾ ਹੈਗਾ ਕਮਲਪਣਾ। ਉਹ ਕਮਲਪਣਾ ਜ਼ਾਹਰ ਕਰਤਾ ਉਹਨਾਂ ਨੇ, ਉਹ ਕਹਿੰਦੇ ਹੈ ਹੀ ਨਹੀਂ। ਬਸ ਇੰਨਾ ਫਰਕ ਹੈ, ਹੋਰ ਫਰਕ ਕੋਈ ਨਹੀਂ ਹੈ। ਭਾਜ ਗਈ ਧੁਜ ਨਹੀਂ ਡਰਕ ਹੈ, ਕਵੀ ਕਹੂ ਕਹੇ ਤੇ ਕੀ ਛਬੀ ਕੈਸੇ। ਫੌਜ ਤਾਂ ਸਾਰੀ ਭੱਜ ਗਈ, ਫੌਜ ਭੱਜ ਗਈ ਦੇਖ ਕੇ ਇਹਦੀ ਛਬੀ ਨੂੰ। ਜਵਾਬ ਐਸੇ ਮਿਲੇ ਅੱਗੋਂ, ਹਨੇਰਾ ਹੀ ਚੱਕਤਾ ਸਾਰਾ, ਫੌਜ ਤਾਂ ਪਿੱਛੇ ਹਟ ਗਈ। ਕੀ ਕਰਦੇ, ਬੋਲਣ ਨੂੰ ਜਗ੍ਹਾ ਹੀ ਨਹੀਂ ਕੋਈ ਛੱਡੀ। ਫੌਜ ਤਾਂ ਪਿੱਛੇ ਹਟ ਗਈ ਸਾਰੀ, ਉਹ ਭੱਜ ਗਈ, ਨਹੀਂ ਜਵਾਬ ਕਿਸੇ ਕੋਲ ਸਰਿਆ। ਅਤੇ ਇਹਦੀ ਛਬੀ ਨੂੰ ਕਵੀ ਕਿਵੇਂ ਬਿਆਨ ਕਰੇ। ਭੀਮ ਕੋ ਸਰਾਉਣ ਭਰਿਓ ਮੁੱਖ ਦੇਖ ਕੇ, ਛਾੜ ਚਲੇ ਰਨ ਕੌਰੂ ਜੈਸੇ। ਕਹਿੰਦੇ ਜਿਵੇਂ ਭੀਮ ਦਾ ਖੂਨ ਨਾ ਭਰਿਆ ਹੋਇਆ ਮੂੰਹ ਦੇਖ ਕੇ ਕੌਰੂ ਛੱਡ ਕੇ ਮੈਦਾਨ ਭੱਜ ਗਏ, ਤੇ ਐਂ ਭੱਜ ਗਈ ਸਨ। ਕਹਾਣੀਆਂ ਨੇ ਨਾ ਭੀਮ ਦਾ ਮੂੰਹ ਖੂਨ ਨਾ ਭਰਿਆ ਹੋਇਆ ਦੀਆਂ, ਉਹ ਪ੍ਰਮਾਣ ਲਈ ਜਾਂਦੇ। ਕਵਿਤ ਆਗਿਆ ਆਗਿਆ ਪਾਏ ਸੁੰਭਕੀ, ਸੋ ਮਹਾਂਵੀਰ ਧੀਰ ਯੋਧੇ ਆਏ ਚੰਡ ਉੱਪਰ, ਸੋ ਕ੍ਰੋਧ ਕੇ ਬਣੀ ਠਣੀ। ਹਾਂ, ਸੁੰਭ ਦੀ ਆਗਿਆ ਪਾ ਕੇ ਮਹਾਂਵੀਰ ਯੋਧੇ ਚੜਾਈ ਕਰਕੇ ਆਏ ਚੰਡੀ ਦੇ ਉੱਤੇ, ਪੂਰੀ ਬਣ ਠਣ ਕੇ, ਫੌਜ ਪੂਰੀ ਸਨੱਧਬੱਧ ਹੋ ਕੇ, ਹਥਿਆਰਬੰਦ ਹੋ ਕੇ, ਬਣੀ ਠਣੀ, ਚੜੇ ਬਣ ਠਣ ਕੇ ਆਏ ਸੀ ਉਹ। ਚੰਡਕਾ ਲੈ ਬਾਣ ਉਹ ਕਮਾਨ ਕਾਲੀ ਕਿਰਪਾਨ, ਕਾਲੀ ਕਿਰਪਾਨ, ਚੰਡਕਾ ਲੈ ਬਾਣ ਉਹ ਕਮਾਨ ਕਾਲੀ ਕਿਰਪਾਨ। ਚੰਡੀ ਨੇ ਕੀ ਕੀਤੇ, ਕਮਾਨ ਤੀਰ, ਕਾਲੀ ਕੋਲ ਕਿਰਪਾਨ। ਛਿਣ ਮੱਧ ਕਹਿ, ਛਿਣ ਮੱਧ ਕਹਿ ਕੇ ਬਲ ਸੁੰਭਕੀ ਹਣੀ 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 ਕਣੀ, ਥੋੜਾ ਜਿਹਾ ਚਰਚੇ ਸਾਰੀ ਫੌਜ ਮਾਰ ਦਿੱਤੀ, ਸੁੰਭ ਦੀ ਖਤਮ ਕਰਤੀ। ਡਰ ਤੇਜ ਖੇਤ ਮਹਾ ਪ੍ਰੇਤ ਕੀਨੇ, ਡਰ ਡਰ ਖੇਤ ਜਿਹੜੇ ਜੰਗ ਤੋਂ ਡਰਦੇ ਸੀ, ਡਰ ਤਜ ਖੇਤ ਮਹਾ ਪ੍ਰੇਤ ਕੀਨੇ, ਡਰ ਤਜ ਖੇਤ ਜੀ ਜਿਹਨੂੰ ਸਿਆਰੀ ਹੈ, ਡਰ ਤਜ ਖੇਤ ਮਹਾ ਪ੍ਰੇਤ ਕੀਨੇ ਬਾਨਣ ਸੋ, ਜਿਹੜੇ ਡਰਦੇ ਸੀ ਉਹ ਵੀ ਮਾਰਤੇ, ਮਹਾ ਪ੍ਰੇਤ ਬਣਾਤੇ। ਵਿਚਲ ਬਿਥਰ ਐਸੇ ਭੱਜ ਗਈ, ਵਿਚਲ ਬਿਥਰ ਐਸੇ ਭੱਜ ਗਈ ਅਨੀ ਕਨੀ, ਬਸ ਵਿਆਕੁਲ ਹੋ ਕੇ ਫੌਜ ਬਾਕੀ ਭੱਜ ਗਈ। ਜਿਹੜੇ ਪ੍ਰੇਤ ਨੇ ਉਹ ਭੱਜ ਗਏ, ਜਿਹੜੇ ਭੱਜ ਗਏ ਪ੍ਰੇਤ ਰਹਿ ਗਏ, ਮਾਇਆ ਦਾ ਮੋਹ ਬਚਾ ਕੇ ਲੈ ਗਏ ਨਾ, ਮਾਇਆ ਦਾ ਮੋਹ। ਜਿਹੜਾ ਭੱਜ ਜਾਂਦਾ ਮਾਇਆ ਦਾ ਮੋਹ ਬਚਾ ਕੇ ਲੈ ਜਾਂਦਾ, ਉਹ ਕਹਿੰਦਾ ਭਾਈ ਔਖੀ ਹੈ ਗੱਲ, ਤਾਂ ਠੀਕ ਹੈ ਪਰ ਮੰਨਣੀ ਔਖੀ ਹੈ। ਵੱਜ ਤਾਂ ਗਿਆ ਉਹ ਪਰ ਪ੍ਰੇਤ ਰਹਿ ਗਿਆ। ਜੈਸੇ ਬਾਰੂ ਥਲ ਮੈਂ ਸਮੂਹ ਬਹਿ ਪਾਉਣ, ਹੁਣ ਕੇ ਧੂਰ ਉੱਡ ਚੱਲੇ ਹੋਏ ਕਹਿ ਕਹਿ ਕੋਟਣ ਕਣੀ ਕਣੀ, ਹੋਏ ਕਹਿ ਕੋਟਕ ਕਣੀ ਕਣੀ। ਜਿਵੇਂ ਬਾਰੂ ਥਲ ਕਹਿੰਦੇ ਨੇ ਰੇਤਾ ਰੇਗਿਸਤਾਨ, ਬਾਰੂ ਬਾਰੂ ਰੇਤੇ ਨੂੰ ਕਹਿੰਦੇ ਨੇ। ਬਾਰੂ ਥਲ ਦੇ ਵਿੱਚ ਬਹੁਤ ਤੇਜ਼ ਹਵਾ ਚੱਲਦੀ ਹੋਵੇ, ਜਿਹੜਾ ਟਿੱਬੇ ਦਾ ਟਿੱਬਾ ਕਣੀ ਕਣੀ ਹੋ ਕੇ ਉੱਡ ਜਾਂਦਾ ਨਾ, ਐਂ ਫੌਜ ਉੱਡ ਗਈ ਸਾਰੀ। ਉਹ ਸਵਈਆ ਖੱਗ ਲੈ ਕਾਲੀ ਔਰ ਚੰਡੀ ਕਵੰਡ ਬਲੋਕ ਕੈ, ਦਾਨਵ ਇਉਂ ਦਬਟੇ ਹੈ। ਕਾਲੀ ਦੀ ਤਲਵਾਰ ਔਰ ਚੰਡੀ ਦਾ ਦੇਖ ਕੇ ਨਾ ਧੰਸ ਔਰ ਬਾਣ, ਜਿਹੜੇ ਸਾਰੇ ਸੀ ਨਾ ਰਾਕਸ਼ ਸਾਰੇ ਸਹਿਮ ਗਏ, ਦਾਨਵ ਇਉਂ ਦਬਟੇ ਹੈ, ਦਬਟੇ ਸਹਿਮ ਗਏ, ਡਰ ਗਏ, ਦਬਾ ਚ ਆ ਗਏ। ਕੇਤਨ ਚਾਪ ਗਈ ਮੁਖ ਕਾਲਕਾ, ਕੇਤਨ ਕੈਸਰ ਚੰਡ ਕੱਟੇ ਹੈ। ਕਿੰਨਿਆਂ ਨੂੰ ਤਾਂ ਜਿਹੜੇ ਤਾਂ ਸੀਗੇ ਕਾਲਕਾ ਦੇ ਲੈਵਲ ਦੇ ਸਵਾਲ, ਉਹ ਤਾਂ ਇਹੀ ਚੱਬ ਗਈ, ਉਹਨਾਂ ਨੂੰ ਤਾਂ ਇਹਨੇ ਤਸੱਲੀ ਕਰਾਤੀ
ਮਾਇਆ ਵਾਲੇ ਕੇਤਨ ਕੇ ਸਿਰ ਚੰਡ ਕੱਟੇ ਹਨ, ਜਿਹੜੇ ਦੂਏ ਸਵਾਲ ਸੀ ਉਹਨਾਂ ਦੇ ਸਿਰ ਚੰਡ ਨੇ ਕੱਟਤੇ, ਉਹਨਾਂ ਦੇ ਸਿਰ ਕੱਟੇ ਨੇ, ਇਹ ਚੱਬੇ ਹੀ ਨੇ। ਕਾਲ ਕਾ ਕੇਤਨ ਕੇ ਸਿਰ ਚੰਡ ਕੱਟੇ ਹਨ, ਜਿਹੜੇ ਦੂਏ ਸਵਾਲ ਸੀਗੇ ਨਿਰਾਕਾਰੀ ਦੁਨੀਆਂ ਦੇ, ਉਹ ਚੰਡੀ ਨੇ ਜਵਾਬ ਦੇ ਦਿੱਤਾ। ਸਰਾਉਣ ਤੇ ਸਿੰਧ ਭਇਓ ਧਰਮ ਹੈ, ਰਣ ਛਾੜ ਗਏ ਇੱਕ ਦੈਂਤ ਫਟੇ ਹਨ। ਬਸ ਫਿਰ ਖੂਨ ਦੀ ਨਦੀ, ਖੂਨ ਏ ਖੂਨ ਹੋ ਗਿਆ, ਖੂਨ ਖੂਨ ਹੋ ਗਿਆ ਧਰਤੀ ਤੇ, ਜਿਹਨਾਂ ਦੇ ਸਿਰ ਕੱਟੇ ਗਏ ਖੂਨ ਉਹਨਾਂ ਦਾ ਹੋਇਆ, ਜਿਹੜੇ ਮੂੰਹ ਚ ਪਾ ਕੇ ਚੱਬ ਲਏ ਤਾਂ ਖੂਨ ਡੁੱਲਿਆ ਹੀ ਨੀ ਥੱਲੇ, ਉਹ ਤਾਂ ਉਹਦੇ ਅੰਦਰ ਚਲਿਆ ਗਿਆ ਜਿਹਨੇ ਚੱਬੇ ਨੇ, ਖੂਨ ਉਹਨਾਂ ਦਾ ਹੀ ਨਿਕਲਿਆ। ਜਿਹੜੇ ਕੱਟੇ ਗਏ ਜਿਹਨਾਂ ਨੇ ਸਿਰ ਕਟਵਾ ਲਿਆ, ਉਹਨਾਂ ਦਾ ਰਕਤ ਜਿਹੜਾ ਸੀ ਨਾ ਲੋਭ ਰਤ, ਉਹਨਾਂ ਦੀ ਨਿਕਲੀ ਆ, ਉਹਨਾਂ ਦੇ ਲੋਭ ਅੰਦਰ ਹੋ ਗਿਆ, ਜਿਹੜੇ ਚੱਬੇ ਗਏ ਉਹ ਨੀ ਗਿਆ। ਸਵਾਲ ਵੀ ਉਹਨਾਂ ਦੇ ਦੂਏ ਸੀ ਨਾ। ਸੁੰਭ ਪੈ ਜਾਏ ਕਹੀ ਤਿੰਨ ਇਉਂ, ਬਹੁ ਵੀਰ ਮਹਾਂ ਤੇ ਠੌਰ ਲਟੇ ਹਨ। ਸੁੰਭ ਨੂੰ ਜਾ ਕੇ ਕਹਿੰਦੇ ਕਹਿੰਦੇ ਅਸੀਂ ਤਾਂ ਥੋੜੇ ਜਿਹੇ ਆਏ ਹਾਂ, ਸਾਰੇ ਮਾਰੇ ਪਏ ਨੇ ਉੱਥੇ, ਉਹ ਤਾਂ ਲਟੇ ਪਏ ਨੇ, ਉੱਠਣ ਜੋਗੇ ਨੀ ਛੱਡੇ ਉੱਥੇ, ਅਸੀਂ ਤਾਂ ਜਿਹੜੇ ਆਏ ਹਾਂ ਨਾ ਕੁੱਟ ਕੱਟ ਖਾ ਕੇ ਤਾਂ ਥੋੜੇ ਹੀ ਹਾਂ, ਬਾਕੀ ਸਾਰੇ ਉੱਥੇ ਪਏ ਨੇ ਫਟੜ ਕੀਤੇ ਹੋਏ, ਉਹਨਾਂ ਦਾ ਤਾਂ ਤੁਰ ਵੀ ਨਹੀਂ ਹੁੰਦਾ, ਹੁਣ ਉੱਠ ਵੀ ਨਹੀਂ ਹੁੰਦਾ, ਉਹਨਾਂ ਦੀ ਸਾਹ ਲੈ ਲੈ ਜਾ ਕੇ, ਬਾਕੀ ਸਾਰੇ ਲਟਕੇ, ਜੰਗ ਬੰਦ ਹੈ, ਕੋਈ ਨਹੀਂ ਕਰ ਰਿਹਾ ਜੰਗ ਉੱਥੇ। ਦੋਹਰਾ ਦੇਖ ਭਿਆਨਕ ਯੁੱਧ ਕੋ ਕਿੰਨੋ ਬਿਸ਼ਨ ਵਿਚਾਰ, ਐਸਾ ਭਿਆਨਕ ਯੁੱਧ ਕਰਕੇ ਵਿਸ਼ਨੂੰ ਨੇ ਵਿਚਾਰ ਕੀਤਾ ਦੇਖ ਕੇ। ਸਖਤ ਸਹਾਇਤ ਕੇ ਨਿਮਿਤ ਭੇਜੀ ਰਣੇ ਮਝਾਰ, ਆਪਣੀਆਂ ਸ਼ਕਤੀਆਂ ਜਿਹੜੀਆਂ ਦੂਈਆਂ ਸੀਆਂ ਦੇਵੀਆਂ ਹੋਰ, ਉਹ ਭੇਜਤੀਆਂ ਵੀ ਸ਼ਾਇਦ ਲੋੜ ਪੈ ਜਾ, ਚਲੋ ਸਿੰਪਤੀ ਦਾ ਲੈ ਲੈਂਦੇ ਹਾਂ, ਸਾਨੂੰ ਦੱਸੋ ਜੀ ਸੇਵਾ ਕੋਈ, ਸਾਡਾ ਬਚਾਅ ਹੋ ਜਾ ਕੁਛ, ਸਾਰੀਆਂ ਦੇਵੀਆਂ ਦੂਈਆਂ ਭੇਜਤੀ, ਸਾਰੀ ਜਿਹੜੀ ਦੂਈਆਂ ਬੁੱਧੀਆਂ ਸੀਗੀਆਂ ਉਹ ਭੇਜਤੀਆਂ, ਹੋਰ ਹੋਰ ਵਿਦਵਾਨ ਸੀ ਜਿਹੜੇ ਉਹਨਾਂ ਦੇ ਉਹ ਭੇਜਤੇ, ਸਵਈਆ ਪੰਡਿਤ ਭੇਜਤੇ ਹੋਣੇ ਨੇ, ਵਿਸ਼ਨੂੰ ਦੇ ਪੰਡਿਤੇ ਨੇ, ਹੋਰ ਕੌਣ ਸੀ, ਸਵਈਆ ਯਾਰ ਰਿਸ਼ੀ ਮੁਨੀ ਸੀਗੇ ਵਿਸ਼ਨੂੰ ਦੇ, ਗੁਣ ਗਾਉਣੇ ਵਾਲੇ ਰਾਜਿਆਂ ਦੇ, ਇਹ ਭੇਜਤੇ ਜਿਹਨਾਂ ਨੇ ਗ੍ਰੰਥ ਲਿਖੇ ਨੇ। ਸਵਈਆ ਐਸ ਪਾਏ ਸਭੇ ਸ਼ਕਤੀ, ਚੱਲ ਕੇ ਤਾਂ ਚੰਡ ਪ੍ਰਚੰਡ ਪਿਆਈ, ਜਦੋਂ ਭਾਈ ਹੁਕਮ ਹੋਇਆ ਰਾਜੇ ਦਾ, ਉਹਨਾਂ ਨੇ ਤਾਂ ਆਉਣਾ ਹੀ ਸੀਗਾ, ਮਦਦ ਵਾਸਤੇ ਸਾਰੇ ਆ ਗਏ, ਆਗਿਆ ਪਾ ਕੇ ਵਿਸ਼ਨੂੰ ਦੀ, ਸਾਰੇ ਚੰਡ ਮੈਦਾਨ 'ਚ ਆ ਗਏ, ਸ਼ਕਤੀ ਕਿਹਾ ਮਹਾਰਾਜ ਸਾਨੂੰ ਦੱਸੋ ਕੋਈ ਸੇਵਾ, ਸਾਡੇ ਕੋਲ ਲੋੜ ਹੋਵੇ ਮਦਦ ਦੀ ਸਾਨੂੰ ਦੱਸੋ ਕੀ ਕਰੀਏ। ਹਾਂਜੀ ਦੇਵੀ ਕਹਿਓ ਤਿੰਨ ਕੋ ਕਰ ਆਦਰ, ਆਈ ਭਲੇ ਜਨ ਬੋਲ ਪਠਾਈ, ਦੇਵੀ ਨੇ ਉਹਨਾਂ ਦਾ ਆਦਰ ਕੀਤਾ, ਹੁਣ ਤਾਂ ਵੀ ਚੰਗਾ ਹੋਇਆ ਤੁਸੀਂ ਆ ਗਏ, ਸੁਣ ਲਓਗੇ ਤੁਸੀਂ ਵੀ, ਜਿਹੜਾ ਆ ਗਿਆ ਸੁਣ ਲੂ ਕੁਛ ਨਾ ਕੁਛ, ਆਦਰ ਵੀ ਬਹਿ ਜਾਓ ਤੁਸੀਂ, ਤੁਹਾਡੇ ਕਰਨ ਦੀ ਕੋਈ ਕੰਮ ਨਹੀਂ ਹੈ, ਤੁਸੀਂ ਬੈਠੋ ਕੋਈ ਨਹੀਂ। ਤਾ ਛੱਬੀ ਕੀ ਉਪਮਾ ਅਤੀ ਹੀ ਕਵੀ ਨੇ ਆਪਣੇ ਮਨ ਮੈਂ ਲੱਖ ਪਾਈ, ਤਾ ਛੱਬ ਕੀ ਉਪਮਾ ਅਤੀ ਹੀ ਕਵੀ ਨੇ ਆਪਣੇ ਮਨ ਮੂੰ ਲੱਖ ਪਾਈ, ਇਹਦੀ ਛਵੀ ਹੈ ਜਿਹੜੀ, ਇਹਦੀ ਉਪਮਾ ਐਸੀ ਦੇਖੀ ਹੈ, ਐਸੀ ਵਿਚਾਰ ਉੱਠੀ ਹੈ ਅੰਦਰੋਂ ਕਵੀ ਦੇ, ਮਨ ਸਾਵਣ ਮਾਸ ਨਦੀ ਚੱਲ ਕੇ ਜਲ ਰਾਸ ਮੈਂ ਆਣ ਸਮਾਈ, ਜਿਵੇਂ ਸਾਵਣ ਮਾਸ ਦੇ ਵਿੱਚ ਬਹੁਤ ਛੋਟੀ ਛੋਟੀਆਂ ਨਦੀਆਂ ਚੱਲ ਕੇ ਜਿਹੜੀ ਬੜੀ ਗੰਗਾ ਉਹ ਜਾ ਗਈ, ਗੰਗਾ ਜਾ ਕੇ ਮਿਲ ਗਈਆਂ, ਗੰਗਾ ਹੈ ਨਾ ਆਪ, ਗੰਗਾ ਚ ਸਮਾ ਗਈਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਰੱਬ ਨੂੰ ਮੰਨਣ ਵਾਲੀਆਂ ਸੀ, ਕਹਿਣ ਦਾ ਮਤਲਬ ਹੈ ਮੰਨਣ ਵਾਲੀਆਂ ਦੱਸੀਆਂ ਹੀ ਨਾ, ਇਹ ਆ ਕੇ ਨਾਲ ਸਮਾ ਗਈਆਂ ਵੀ ਅਸੀਂ ਨਾਲ ਸਹਿਮਤ ਹਾਂ, ਸਹਿਮਤੀ ਦੇਤੀ ਦੇਵਤਿਆਂ ਨੇ ਸਾਰਿਆਂ ਨੇ, ਕਹਿਣ ਦਾ ਮਤਲਬ ਹੈ ਵੀ ਜੋ ਹੋ ਰਿਹਾ ਅਸੀਂ ਨਾਲ ਹਾਂ, ਵਿਰੋਧ ਨਹੀਂ ਹੈ ਸਾਡਾ, ਪਹਿਲਾਂ ਹੀ ਮੰਨ ਗਏ ਬਿਨਾਂ ਉਹ ਤੇ ਹੀ ਸੁਣ ਕੇ ਹੀ ਵੀ ਕਿਤੇ ਇੱਧਰ ਨੂੰ ਨਾ ਆ ਜਾਏ ਕੰਮ, ਅਸੀਂ ਤਾਂ ਜੀ ਬਸ ਕੋਰੇ ਕਾਗਜ਼ 'ਤੇ ਲਿਖਾ ਲਓ ਸੱਤੇ ਜੋ ਮਰਜ਼ੀ, ਲੋੜ ਨਹੀਂ ਜੋ ਤੁਸੀਂ ਜੋ ਮਰਜ਼ੀ ਲਿਖ ਲਿਓ ਸਾਡੇ 'ਤੇ, ਤਾਂ ਸਾਡੇ ਤਾਂ ਅੰਗੂਠੇ ਲਵਾ ਲਓ ਕੋਰੇ ਕਾਗਜ਼ 'ਤੇ, ਅਸੀਂ ਤਾਂ ਜੋ